ਹਾਂਜੀ, ਵੈਲਕਮ ਟੂ ਮਾਈ ਯੂਟਿਊਬ ਚੈਨਲ ਸੁਖਪ੍ਰੀਤ ਅਕੈਡਮੀ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੋਗਨੀਟਿਜ਼ਮ, ਗਿਆਨ ਪ੍ਰਤੱਖਣ, ਇੱਕ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਟੋਪਿਕ ਹੈ ਉਹ ਕਵਰ ਕਰਾਂਗੇ। ਇੰਪੋਰਟੈਂਟ ਟੋਪਿਕ ਹੈ ਇਹ, ਸੀ ਟੈਟ ਪੀ ਐੱਸ ਟੈਟ ਦੇ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਕੁਸ਼ਚਨਸ ਪੁੱਛੇ ਜਾਂਦੇ ਨੇਗੇ, ਕੋਗਨੀਟਿਜ਼ਮ ਹੁੰਦਾ ਕੀ ਹੈ, ਇਹ ਕਨਸੈਪਟ ਕਿਹਨੇ ਦਿੱਤਾ ਸੀਗਾ, ਹੈ ਨਾ, ਅਤੇ ਇੱਦਾਂ ਦੇ ਐਮ ਸੀ ਕਿਊਜ਼ ਬਣਦੇ ਨੇ ਇਸ ਟੋਪਿਕ ਦੇ ਵਿੱਚੋਂ, ਅਤੇ ਫਾਈਨਲ ਇਗਜ਼ਾਮਸ ਦੇ ਵਿੱਚ ਵੀ ਇਹ 'ਤੇ ਲੌਂਗ ਕੁਸ਼ਚਨ ਅਟੈਂਪਟ ਹੋ ਸਕਦਾ ਹੈਗਾ। ਹਾਂਜੀ, ਆਪਾਂ ਕੋਗਨੀਟਿਜ਼ਮ ਜਿਹੜਾ ਵਰਡ ਹੈ ਉਹ ਕੋਗਨੀਸ਼ਨ ਵਰਡ ਤੋਂ ਲਿਆ ਗਿਆ ਹੈਗਾ, ਜਿਹਦਾ ਮੀਨਿੰਗ ਹੈ ਕੋਂਗੂਸੇਅਰ। ਲੈਟਿਨ ਲੈਂਗੁਏਜ ਦਾ ਵਰਡ ਹੈ ਇਹ ਕੋਂਗੂਸੇਅਰ। ਟੂ ਨੋ ਮੀਨਸ ਕੁਛ ਜਾਣਨਾ, ਤਾਂ ਕੋਗਨੀਟਿਵ ਜਾਂ ਕੋਗਨੀਸ਼ਨ ਹੋ ਗਿਆ, ਮਤਲਬ ਕਿਸੇ ਚੀਜ਼ ਬਾਰੇ ਕੋਈ ਜਾਣਕਾਰੀ ਹਾਸਿਲ ਕਰਨਾ, ਕੋਈ ਨੌਲੇਜ ਲੈਣਾ। ਇਟ ਇਜ਼ ਐਨ ਅਪਰੋਚ ਅਪਲਾਈਡ ਇਨ ਟੀਚਿੰਗ ਲਰਨਿੰਗ ਪ੍ਰੋਸੈਸ ਟੂ ਅੰਡਰਸਟੈਂਡ ਦਾ ਪ੍ਰੋਸੈਸ ਆਫ ਕੋਗਨੀਟਿਵ ਡਿਵਲਪਮੈਂਟ ਆਫ ਚਿਲਡਰਨ। ਕੋਗਨੀਟਿਵ ਡਿਵਲਪਮੈਂਟ ਮੀਨਸ ਮੈਂਟਲ ਡਿਵਲਪਮੈਂਟ, ਦਿਮਾਗੀ ਕਿਰਿਆਵਾਂ, ਮੈਂਟਲ ਪ੍ਰੋਸੈਸਿਸ, ਕਿ ਕਿਸੇ ਇਨਸਾਨ ਦੀ ਜਿਹੜੀ ਦਿਮਾਗ ਦੀਆਂ ਜਿਹੜੀਆਂ ਡਿਵਲਪਮੈਂਟ ਹੈ, ਜਿਹੜੀ ਉਹਦੀ ਮਾਇੰਡ ਦੀ ਡਿਵਲਪਮੈਂਟ ਹੈ, ਜਿਹੜੀਆਂ ਉਹਦੀਆਂ ਮੈਂਟਲ ਪ੍ਰੋਸੈਸਿਸ ਨੇ, ਉਹ ਕਿਵੇਂ ਡਿਵੈਲਪ ਹੋ ਰਹੀਆਂ ਨੇ, ਕਿਵੇਂ ਕੰਮ ਕਰ ਰਹੀਆਂ ਨੇ, ਕਿੰਨਾ ਕੰਮ ਕਰ ਰਹੀਆਂ ਨੇ, ਉਸ ਚੀਜ਼ ਨੂੰ ਸਮਝਣ ਦੇ ਲਈ ਜਿਹੜੀ ਅਪਰੋਚ ਹੈ ਉਹਨੂੰ ਕੋਗਨੀਟਿਜ਼ਮ ਕਿਹਾ ਜਾਂਦਾ ਹੈਗਾ। ਤਾਂ ਬੇਸਿਕਲੀ ਇਹ ਕਿਸੇ ਵੀ ਇਨਸਾਨ ਦੇ ਮਾਇੰਡ ਨਾਲ ਡੀਲ ਕਰਦੀ ਹੈਗੀ। ਜਿਹੜੀ ਆਪਾਂ ਲਾਸਟ ਪੜ੍ਹੀ ਸੀ ਬਿਹੇਵੀਅਰਿਜ਼ਮ, ਉਹ ਬਿਹੇਵੀਅਰ ਨਾਲ ਸੀਗੀ, ਉਹ ਆਊਟਰ ਦਿੱਖ ਨਾਲ ਸੀ, ਆਊਟਰ ਓਬਜਰਵੇਸ਼ਨਸ ਦੇ ਨਾਲ ਸੀਗੀ, ਉਹ ਕੌਨਸ਼ੀਅਸਨੈਸ ਨੂੰ ਨਿਗਲੈਕਟ ਕਰਦੀ ਸੀ, ਜਦਕਿ ਇਹ ਕੌਨਸ਼ੀਅਸਨੈਸ ਨੂੰ ਮੰਨਦੇ ਆ ਗਏ। ਗਿਆਨਤਾਵਾਦ ਦਾ ਸੰਬੰਧ ਬੱਚਿਆਂ ਦੀਆਂ ਬੌਧਿਕ ਸਮਰੱਥਾ ਅਤੇ ਵਿਕਾਸ ਨੂੰ ਸਮਝਣ ਤੋਂ ਹੈ। ਇਹਦੇ ਵਿੱਚ ਹੁਣ ਬੇਸਿਕ ਅਜੰਪਸ਼ਨਸ ਦੀ ਗੱਲ ਕਰਾਂਗੇ, ਤਾਂ ਪਹਿਲਾਂ ਇਹਦੇ 'ਚ ਜਿਹੜੇ ਸਾਈਕੋਲੋਜਿਸਟ ਆ ਜਾਂਦੇ ਨੇ, ਉਹ ਆ ਜਾਂਦੇ ਨੇ ਵਰਨਰ, ਆ ਜਾਂਦਾ ਪਿਆਜੇ, ਬਰੂਨਰ ਅਤੇ ਕੋਲਰ। ਇਹ ਇੰਪੋਰਟੈਂਟ ਇਹਦੇ ਜਿਹੜੇ ਆਪਾਂ ਪ੍ਰੋਂਪੋਨੈਂਟ ਕਹਿ ਸਕਦੇ ਹਾਂਗੇ। ਉਸ ਤੋਂ ਬਾਅਦ ਇਹਦੀ ਪਹਿਲੀ ਅਜੰਪਸ਼ਨ ਸੀ, ਚਾਇਲਡ ਇਜ਼ ਨੋਟ ਮਕੈਨਿਸਟਿਕ, ਬੱਚਾ ਮਸ਼ੀਨਰੀ ਵਾਂਗ ਨਹੀਂ ਹੈ। ਤਾਂ ਜਿਹੜਾ ਬਿਹੇਵੀਅਰਿਜ਼ਮ ਸੀਗਾ ਰਾਜੇ, ਉਹ ਕਹਿੰਦਾ ਸੀ ਕਿ ਇਨਸਾਨ ਆ ਉਹ ਮਸ਼ੀਨ ਵਾਂਗ ਹੈ, ਇੱਕ ਇਨਪੁੱਟ ਦਿੱਤੀ, ਉਹਨੇ ਪ੍ਰੋਸੈਸ ਕੀਤਾ ਅਤੇ ਆਊਟਪੁੱਟ ਆਏ। ਜਦਕਿ ਕੋਗਨੀਟਿਜ਼ਮ ਇਸ ਚੀਜ਼ 'ਚ ਬਿਲੀਵ ਨਹੀਂ ਕਰਦਾ, ਉਹ ਕਹਿੰਦਾ ਕਿ ਬੱਚਾ ਮਸ਼ੀਨਰੀ ਵਾਂਗ ਨਹੀਂ ਹੈ, ਉਹ ਮਸ਼ੀਨ ਥੋੜ੍ਹਾ ਨਾ, ਇਹ ਤਾਂ ਫੈਕਟ ਹੈ। ਇਹ ਗੱਲਾਂ ਬਾਅਦ 'ਚ ਜਿਹੜੀਆਂ ਰਿਅਲਾਈਜ਼ ਕੀਤੀਆਂ ਗਈਆਂ, ਹਾਂ ਕਿ ਬਿਹੇਵੀਅਰਿਜ਼ਮ 'ਚ ਇਹ ਗਲਤੀਆਂ ਸੀਗੀਆਂ। ਵੀ ਆਰ ਨੋਟ ਲਾਈਕ ਮਸ਼ੀਨਸ, ਮਸ਼ੀਨ ਕਦੇ ਵੀ ਨਹੀਂ ਥੱਕਦੀ, ਆਪਾਂ ਥੱਕ ਜਾਂਦੇ ਹਾਂਗੇ, ਆਪਾਂ ਨੂੰ ਰੈਸਟ ਦੀ ਜ਼ਰੂਰਤ ਹੈਗੀ, ਆਪਾਂ ਨੂੰ ਸਲੀਪ ਦੀ ਜ਼ਰੂਰਤ ਹੈਗੀ, ਹੈ ਨਾ, ਵੀ ਨੀਡ ਕੇਅਰ, ਵੀ ਨੀਡ ਲਵ, ਵੀ ਹੈਡ ਫੀਲਿੰਗਸ। ਮਸ਼ੀਨ ਦੇ ਵਿੱਚ ਇੱਦਾਂ ਨਹੀਂ ਹੁੰਦਾ। ਲਰਨਿੰਗ ਔਰ ਥਿੰਕਿੰਗ ਇਜ਼ ਨੋਟ ਆ ਬਲਾਇੰਡ ਡਰਿਲ, ਕਿ ਕਿਸੇ ਨੂੰ ਕੁਛ ਸਿਖਾਉਣਾ ਹੈ, ਕੁਛ ਸੋਚਣਾ ਹੈ, ਉਹ ਅੰਨੇਵਾਹ ਨਹੀਂ ਹੋ ਸਕਦਾ। ਸਿੱਖਣਾ ਜਾਂ ਚਿੰਤਨ ਅੰਨਾ ਧੁੰਦ ਅਭਿਆਸ ਮਾਤਰ ਨਹੀਂ ਹੈ, ਕਿ ਤੁਸੀਂ ਬਿਨਾਂ ਕੁਝ ਸੋਚੇ ਸਮਝੇ ਪ੍ਰੈਕਟਿਸ ਕਰੀ ਜਾ ਰਹੇ ਹੋ, ਤੁਸੀਂ ਕੋਈ ਉਹਦੇ 'ਚ ਮੋਡੀਫਿਕੇਸ਼ਨ ਨਹੀਂ ਕਰ ਰਹੇ, ਤੁਹਾਡਾ ਕੋਈ ਏਮ ਨਹੀਂ, ਤੁਹਾਡਾ ਕੋਈ ਗੋਲ ਨਹੀਂ, ਤਾਂ ਤੁਸੀਂ ਕਿੱਦਾਂ ਸਿੱਖ ਸਕਦੇ ਹੋਗੇ। ਨੋ ਡਾਊਟ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਬਟ ਵਿੱਚ ਪ੍ਰੈਕਟਿਸ, ਹਾਊ ਮੱਚ ਪ੍ਰੈਕਟਿਸ, ਵੇਅਰ ਟੂ ਪ੍ਰੈਕਟਿਸ, ਦੀਜ਼ ਆਲ ਥਿੰਗਸ ਆਲ ਨੈਸੈਸਰੀ। ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਪਊਗਾ ਪਹਿਲਾਂ। ਚਾਇਲਡਸ ਮਾਇੰਡ ਇਜ਼ ਅ ਡਾਇਨਾਮਿਕ ਐਂਡ ਅ ਡਿਵੈਲਪਿੰਗ ਰਿਐਲਿਟੀ, ਬੱਚੇ ਦਾ ਮਨ ਇੱਕ ਗਤੀਸ਼ੀਲ ਅਤੇ ਵਿਕਸਿਤ ਹੋ ਰਿਹਾ ਯਥਾਰਥ ਹੈ। ਕਿ ਬੱਚੇ ਦਾ ਮਾਇੰਡ ਆ ਉਹ ਡਾਇਨਾਮਿਕ ਹੈ, ਸਟੈਟਿਕ ਨਹੀਂ ਹੈਗਾ, ਉਹ ਇੱਕ ਜਗ੍ਹਾ 'ਤੇ ਨਹੀਂ ਖੜ੍ਹ ਸਕਦਾ, ਉਹਨੂੰ ਆਪਾਂ ਨਹੀਂ ਖਿਲਾਰ ਸਕਦੇ, ਉਹਨੂੰ ਆਪਾਂ ਮਜਬੂਰ ਨਹੀਂ ਕਰ ਸਕਦੇ ਕਿ ਤੂੰ ਇੱਦਾਂ ਹੀ ਸੋਚਣਾ ਜਾਂ ਫਿਰ ਇਹਦਾ ਆਂਸਰ ਇੱਦਾਂ ਹੀ ਆਊਗਾ। ਬੱਚੇ ਦਾ ਜਿਹੜਾ ਮਾਇੰਡ ਹੈ ਰਾਜੀ, ਉਹ ਡਾਇਨਾਮਿਕ ਹੈ। ਐਨੀ ਇਨਵਾਇਰਮੈਂਟ ਮੇਕ ਹੈਵ ਡਿਫਰੈਂਟ ਸਾਈਕੋਲੋਜੀਕਲ ਮੀਨਿੰਗ ਟੂ ਡਿਫਰੈਂਟ ਇੰਡੀਵਿਜੁਅਲਸ।
ਵੱਖ-ਵੱਖ ਬੱਚਿਆਂ ਲਈ ਵਾਤਾਵਰਣ ਦੇ ਇੱਕ ਪੱਖ ਦੇ ਵੱਖ-ਵੱਖ ਮਨੋਵਿਗਿਆਨਿਕ ਅਰਥ ਹੋ ਸਕਦੇ ਹਨ। ਇਹਦੀ ਸਿੰਪਲ ਜੀ ਐਗਜ਼ਾਮਪਲ ਹੈ, ਕਲਾਸਰੂਮ ਦੇ ਵਿੱਚ ਹਰ ਤਰ੍ਹਾਂ ਦਾ ਬੱਚਾ ਬੈਠਾ ਹੁੰਦਾ ਅਤੇ ਹਰ ਤਰ੍ਹਾਂ ਦੇ ਬੱਚੇ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਜੋ ਟੀਚਰ ਪੜ੍ਹਾ ਰਿਹਾ ਹੁੰਦਾ। ਬੇਸ਼ੱਕ ਉਹ ਇਨਵਾਇਰਮੈਂਟ ਸੇਮ ਹੈ, ਬੇਸ਼ੱਕ ਉਹ ਪੀਸਫੁੱਲ ਹੈਗਾ, ਉੱਥੇ ਪ੍ਰੋਪਰ ਲਾਈਟਨਿੰਗ ਹੈ, ਵੈਂਟੀਲੇਸ਼ਨ ਹੈ, ਕੋਈ ਕਮੀ ਨਹੀਂ, ਬਟ ਸਟਿਲ ਕੁਛ ਕੁ ਬੱਚਿਆਂ ਨੂੰ ਸਮਝ ਆ ਰਿਹਾ ਹੋਊਗਾ, ਕੁਛ ਕੁ ਨੂੰ ਨਹੀਂ ਆ ਰਿਹਾ ਹੋਊਗਾ। ਤਾਂ ਇੱਕ ਇਨਵਾਇਰਮੈਂਟ ਦੇ ਅਲੱਗ ਅਲੱਗ ਬੱਚੇ ਦੇ ਲਈ, ਅਲੱਗ ਅਲੱਗ ਵਿਦਿਆਰਥੀ ਦੇ ਲਈ ਅਲੱਗ ਅਲੱਗ ਅਰਥ ਹੋ ਸਕਦੇ ਨੇਗੇ। ਹੋ ਸਕਦਾ ਕਈਆਂ ਨੂੰ ਸ਼ੋਰ ਸ਼ਰਾਬੇ 'ਚ ਜ਼ਿਆਦਾ ਸਮਝ ਆਉਂਦਾ ਹੈਗਾ, ਕਈ ਸ਼ਾਂਤੀ 'ਚ ਪੜ੍ਹ ਕੇ ਖੁਸ਼ ਹੁੰਦੇ ਨੇ, ਹੈ ਨਾ, ਤਾਂ ਅਲੱਗ ਅਲੱਗ ਹੁੰਦੇ ਆ। ਪ੍ਰੋਫਿਟਿੰਗ ਫਰੋਮ ਪਾਸਟ ਐਕਸਪੀਰੀਅੰਸਿਸ ਇਜ਼ ਐਨ ਇਨੇਟ ਪਾਰਟ ਆਫ ਹਿਊਮਨ ਨੇਚਰ। ਪੂਰਵ ਅਨੁਭਵਾਂ ਤੋਂ ਲਾਭ ਉਠਾਉਣਾ ਮਨੁੱਖ ਦਾ ਸੁਭਾਅ ਹੈ। ਆਪਾਂ ਆਪਣੇ ਪੁਰਾਣੇ ਐਕਸਪੀਰੀਅੰਸਿਸ ਤੋਂ, ਜਿਨ੍ਹਾਂ ਤੋਂ ਆਪਾਂ ਨੂੰ ਕੁਛ ਸਿੱਖਿਆ ਹੁੰਦਾ ਹੈਗਾ, ਜਿੱਥੋਂ ਆਪਾਂ ਨਾਲ ਕੋਈ ਨੁਕਸਾਨ ਹੋਇਆ ਹੋਵੇ ਕਦੇ, ਉੱਥੋਂ ਆਪਾਂ ਦੁਬਾਰਾ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਦੁਬਾਰਾ ਉਹ ਗਲਤੀ ਨਾ ਕਰੀਏ ਜਿੱਥੋਂ ਸਾਨੂੰ ਕੋਈ ਪਹਿਲਾਂ ਕੀ ਹੋਇਆ ਹੋਵੇ, ਕੋਈ ਨੁਕਸਾਨ ਹੋਇਆ ਵਿੱਚ। ਅਤੇ ਓਪੋਜ਼ਿਟ ਵੀ ਹੋ ਸਕਦਾ, ਕਈ ਵਾਰੀ ਕਿਸੇ ਪਾਸਟ ਐਕਸਪੀਰੀਅੰਸ ਤੋਂ ਫਾਇਦਾ ਹੋਇਆ ਹੁੰਦਾ ਤਾਂ ਆਪਾਂ ਉਹਨੂੰ ਦੁਬਾਰਾ ਕਰ ਦਿਆਂਗੇ। ਤਾਂ ਮਤਲਬ ਜਿਹੜੇ ਤੁਹਾਡੇ ਪੁਰਾਣੇ ਅਨੁਭਵ ਨੇਗੇ, ਆਪਾਂ ਉਹਨਾਂ ਤੋਂ ਲਾਭ ਜ਼ਰੂਰ ਉਠਾਉਂਦੇ ਹਾਂ, ਜੋ ਆਪਾਂ ਉਹਨਾਂ ਤੋਂ ਸਿੱਖਿਆ ਹੁੰਦਾ ਹੈਗਾ ਉਹ ਆਪਾਂ ਜ਼ਿੰਦਗੀ 'ਚ ਜ਼ਰੂਰ ਵਰਤਦੇ ਹਾਂ। ਇਹ ਇੱਕ ਆਮ ਹਰ ਇੱਕ ਮਨੁੱਖ ਦਾ ਸੁਭਾਅ ਹੈਗਾ। ਡਿਵਲਪਮੈਂਟ ਇਜ਼ ਡਾਇਰੈਕਟਡ ਬਾਏ ਸੈਲਫ ਮੋਡੀਫਿਕੇਸ਼ਨ। ਵਿਕਾਸ ਹੈ ਜਿਹੜਾ ਸਵੈ ਸੋਧ ਨਾਲ ਨਿਰਦੇਸ਼ਿਤ ਹੁੰਦਾ ਹੈ। ਜਿੰਨਾ ਟਾਈਮ ਬੱਚਾ ਖੁਦ ਤੋਂ ਨਹੀਂ ਸੋਚੂਗਾ ਕਿ ਉਹਨਾਂ ਆਪਦੇ ਆਪ ਵਿੱਚ ਮੋਡੀਫਿਕੇਸ਼ਨਸ ਲੈ ਕੇ ਆਉਣੀਆਂ ਨੇਗੀਆਂ, ਉਹਨੇ ਸੈਲਫ ਮੋਡੀਫਿਕੇਸ਼ਨਸ ਕਰਨੀਆਂ ਨੇ, ਉਹਨਾਂ ਟਾਈਮ ਡਿਵਲਪਮੈਂਟ ਪੋਸੀਬਲ ਨਹੀਂ। ਏਰੀਆਜ਼ ਆਫ ਕੋਗਨੀਟਿਵ ਸਾਈਕੋਲੋਜੀ, ਕਿਹੜੇ ਕਿਹੜੇ ਕੋਗਨੀਟਿਵ ਸਾਈਕੋਲੋਜੀ ਦੇ ਏਰੀਆਜ਼ ਆ ਜਾਂਦੇ, ਕਿੱਥੇ ਕਿੱਥੇ ਯੂਜ਼ ਹੁੰਦੀ ਆ, ਇਹ ਤੁਸੀਂ ਡਾਇਗ੍ਰਾਮ ਬਣਾ ਸਕਦੇ ਹੋ ਪੇਪਰ 'ਚ। ਪਰਸੈਪਸ਼ਨ, ਅਟੈਂਸ਼ਨ, ਲਰਨਿੰਗ, ਮੈਮਰੀ, ਕਨਸੈਪਟ ਫੋਰਮੇਸ਼ਨ, ਡਿਸੀਜ਼ਨ ਐਂਡ ਜਜਮੈਂਟ, ਰੀਜ਼ਨਿੰਗ, ਪ੍ਰੋਬਲਮ ਸੋਲਵਿੰਗ, ਲੈਂਗੁਏਜ ਪ੍ਰੋਸੈਸਿੰਗ, ਇਹ ਸਾਰੇ ਕਿਤੇ ਹੀ ਜਿਹੜੀ ਕੋਗਨੇਟਿਵ ਸਾਈਕੋਲੋਜੀ ਯੂਜ਼ ਹੁੰਦੀ ਆ। ਪਰਸੈਪਸ਼ਨ ਮੀਨਸ ਪ੍ਰਤੱਖੀ ਕਰਨ, ਕਿਸੇ ਚੀਜ਼ ਬਾਰੇ ਪਰਸੀਵ ਕਰਨਾ, ਕਿਸ ਚੀਜ਼ ਬਾਰੇ ਪਹਿਲਾਂ ਤੋਂ ਹੀ ਪਰਸੈਪਸ਼ਨ ਬਣਾ ਲੈਣੀ, ਅਟੈਂਸ਼ਨ ਦੇਣ ਦੇ ਲਈ ਵੀ ਕੋਗਨੇਟਿਵ। ਦਿਮਾਗ ਦਾ, ਦਿਮਾਗ ਤੋਂ ਬਿਨਾਂ ਪੋਸੀਬਲ ਹੀ ਨਹੀਂ। ਮਾਇੰਡ 'ਤੇ ਜਿੰਨਾ ਟਾਈਮ ਅਟੈਂਸ਼ਨ ਨਹੀਂ ਹੈਗੀ, ਉਨਾ ਟਾਈਮ ਤੁਸੀਂ ਕੁਛ ਸਿੱਖ ਹੀ ਨਹੀਂ ਸਕਦੇ, ਉਨਾ ਟਾਈਮ ਲਰਨਿੰਗ ਹੋ ਹੀ ਨਹੀਂ ਸਕਦੀ, ਉਨਾ ਟਾਈਮ ਤੁਹਾਡੀ ਮੈਮਰੀ 'ਚ ਉਹ ਚੀਜ਼ ਆ ਹੀ ਨਹੀਂ ਸਕਦੀ। ਕੋਈ ਕਨਸੈਪਟ ਬਣਾਉਣਾ, ਕੋਈ ਡਿਸੀਜ਼ਨ ਲੈਣਾ, ਕੋਈ ਜਜਮੈਂਟ ਕਰਨੀ ਆ, ਹੈ ਨਾ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਕੁਛ ਰੀਜ਼ਨ ਆਊਟ ਕਰਨਾ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਕੋਗਨੀਟਿਵ ਜਿਹੜੀ ਡਿਵਲਪਮੈਂਟ ਆ ਉਹ ਜ਼ਰੂਰੀ ਹੈਗੀ। ਥਿਊਰੀਜ਼ ਆਫ ਕੋਗਨੀਟਿਜ਼ਮ ਤੋਂ ਪਹਿਲਾਂ ਇੱਕ ਡਾਇਗ੍ਰਾਮ ਹੈ ਸਿੰਪਲ ਜੀ, ਕੋਗਨੀਟਿਵ ਸਟਰਕਚਰ, ਜਿਹਦੇ ਵਿੱਚ ਇੱਕ ਸਾਈਡ ਸਟਿਮੂਲਸ ਲਿਖਿਆ ਹੋਇਆ, ਇੱਕ ਸਾਈਡ ਰਿਸਪੋਂਸ ਲਿਖਿਆ ਹੋਇਆ, ਕਿ ਆਪਾਂ ਨੂੰ ਕੋਈ ਵੀ ਐਟਰੀਬਿਊਟ ਦਿੱਤਾ, ਸਟਿਮੂਲਸ ਦਿੱਤਾ, ਤੁਸੀਂ ਉਸ 'ਤੇ ਕੋਈ ਨਵੀਂ ਇਨਫੋਰਮੇਸ਼ਨ ਆਪਣੇ ਆਪ ਕੰਪੇਅਰ ਕੀਤੀ ਪੁਰਾਣੇ ਐਕਸਪੀਰੀਅੰਸਿਸ ਦੇ ਨਾਲ, ਅਤੇ ਤੁਸੀਂ ਨਵਾਂ ਰਿਸਪੋਂਸ ਦਿੱਤਾ, ਠੀਕ ਹੈ। ਇਹਦੇ ਵਿੱਚ ਪਿਆਜੇ ਦੀ ਅਸਿਮੀਲੇਸ਼ਨ, ਅਕੋਮੋਡੇਸ਼ਨ ਅਤੇ ਅਡੈਪਟੇਸ਼ਨ ਵਾਲੀ ਸਟੋਰੀ ਹੈ ਜਿਹੜੀ, ਉਹ ਬਿਲਕੁਲ ਪ੍ਰੋਪਰਲੀ ਫਿੱਟ ਹੋ ਜਾਂਦੀ ਹੈਗੀ। ਅਸਿਮੀਲੇਸ਼ਨ ਹੁੰਦਾ ਕੋਈ ਨਵੀਂ ਨੌਲੇਜ ਲੈਣੀ, ਉਸ ਚੀਜ਼ ਨੂੰ ਫਿਰ ਜਦੋਂ ਅਕੋਮੋਡੇਸ਼ਨ 'ਚ ਆਉਂਦਾ ਤਾਂ ਉੱਥੇ ਨਵੀਂ ਨੌਲੇਜ ਨੂੰ ਪੁਰਾਣੀ ਨੌਲੇਜ ਨਾਲ ਕੰਪੇਅਰ ਕਰਨਾ, ਅਤੇ ਜੇ ਚੇਂਜ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਚੇਂਜ ਕਰਨਾ। ਤੁਸੀਂ ਜੀਨ ਪਿਆਜੇ ਦੀ ਥਿਊਰੀ, ਜਿੰਨੀਆਂ ਵੀ ਥਿਊਰੀਜ਼ ਨੇ ਸਾਰੀਆਂ ਮੈਂ ਆਪਣੇ ਚੈਨਲ 'ਤੇ ਕਰਾਈਆਂ ਹੋਈਆਂ ਨੇ, ਸਾਈਕੋਲੋਜੀ ਦੇ ਨੋਟਸ ਪ੍ਰੋਪਰਲੀ ਪਏ ਹੋਏ ਨੇ। ਕੁਛ ਕੁ ਬੱਚਿਆਂ ਨੂੰ ਇਹ ਕਨਸੈਪਟ ਨਹੀਂ ਸਮਝ ਆ ਰਹੇ ਹੋਣਗੇ, ਤਾਂ ਤੁਸੀਂ ਮੇਰੇ ਉਸ ਚੈਨਲ 'ਤੇ ਜਾ ਕੇ, ਉਹ ਉੱਥੇ ਪਲੇਲਿਸਟ 'ਚ ਜਾ ਕੇ ਸਾਈਕੋਲੋਜੀ ਫਿਲੋਸਫੀ ਬੀ ਐਡ ਦੇ ਸਾਰੇ ਨੋਟਸ ਪਏ ਹੋਏ ਨੇਗੇ, ਐਕਸਪੀਰੀਐਂਸ਼ੀਅਲ ਲਰਨਿੰਗ ਲਾਇਬ੍ਰੇਰੀ ਰਿਸੋਰਸਿਸ, ਉੱਥੋਂ ਜਾ ਕੇ ਪੜ੍ਹ ਸਕਦੇ ਹੋਗੇ।
ਉਸ ਤੋਂ ਬਾਅਦ ਆ ਗਿਆ ਟੀਚਰ ਦਾ ਕੀ ਰੋਲ ਹੈ। ਟੀਚਰ ਮਸਟ ਐਕਟ ਐਸ ਫੈਸਿਲੀਟੇਟਰ, ਅਧਿਆਪਕ ਨੂੰ ਸਹਾਇਕ ਵਜੋਂ ਕੰਮ ਕਰਨਾ ਚਾਹੀਦਾ। ਟੀਚਰ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਟੀਚਰ ਡੋਮੀਨੈਂਟ ਨਹੀਂ ਹੋਣਾ ਚਾਹੀਦਾ, ਬੱਚਿਆਂ ਨੂੰ ਐਕਟਿਵ ਰੋਲ ਦੇ ਵਿੱਚ ਰੱਖਣਾ ਚਾਹੀਦਾ ਹੈਗਾ। ਐਨਕਰੇਜ ਐਂਡ ਐਪਰੀਸ਼ੀਏਟ ਸਟੂਡੈਂਟਸ ਕ੍ਰਿਟੀਕਲ ਐਂਡ ਡਾਇਵਰਜੈਂਟ ਰਿਸਪੋਂਸਿਸ। ਕਈ ਵਾਰੀ ਬੱਚਿਆਂ ਦੀ ਕਲਾਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਰਿਸਪੋਂਸ ਆਉਂਦੇ ਆ। ਕਈ ਬੱਚੇ ਪ੍ਰੋਪਰਲੀ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਹੋਰ ਆਸਪੈਕਟ ਤੋਂ ਸੋਚ ਕੇ ਆਨਸਰ ਦੇ ਦਿੰਦੇ ਆ, ਤਾਂ ਉੱਥੇ ਟੀਚਰ ਦਾ, ਮਤਲਬ ਟੀਚਰ ਦੀ ਰਿਸਪੋਂਸੀਬਿਲਟੀ ਬਣਦੀ ਉਹਨਾਂ ਨੂੰ ਐਪਰੀਸ਼ੀਏਟ ਕਰੇ। ਬੇਸ਼ੱਕ ਉਹ ਆਨਸਰ ਗਲਤ ਹੈਗਾ, ਬਟ ਉਹਨਾਂ ਨੂੰ ਐਪਰੀਸ਼ੀਏਟ ਕਰੇ ਕਿ ਯੈਸ ਯੂ ਪੀਪਲ ਐਟਲੀਸਟ ਟਰਾਈਡ, ਤੁਸੀਂ ਹੋਰ ਵਧੀਆ ਤਰੀਕੇ ਨਾਲ ਸੋਚਿਆ, ਮੈਂ ਇੱਦਾਂ ਸੋਚਿਆ ਨਹੀਂ ਸੀ, ਇੱਦਾਂ ਵੀ ਹੋ ਸਕਦਾ ਹੈਗਾ। ਐਕਟੀਵੇਟ ਪ੍ਰਾਇਰ ਲਰਨਿੰਗ, ਜੋ ਉਹਨਾਂ ਨੇ ਪਹਿਲਾਂ ਸਿੱਖਿਆ, ਪਹਿਲਾਂ ਦੀ ਸਿਖਲਾਈ ਨੂੰ ਸਰਗਰਮ ਕਰਨਾ, ਕਿ ਜੋ ਉਹਨਾਂ ਦੀ ਪ੍ਰੀਵੀਅਸ ਨੌਲੇਜ ਆ ਉਹਨੂੰ ਜ਼ਰੂਰ ਨਾਲ ਨਾਲ ਲੈ ਕੇ ਚੱਲਣਾ, ਕਿ ਤੁਹਾਨੂੰ ਇਹ ਗੱਲ ਪਹਿਲਾਂ ਪਤਾ ਹੈਗੀ। ਟੂ ਪ੍ਰੋਵਾਈਡ ਐਕਸਪਰਟ ਗਾਈਡੈਂਸ, ਮਹਾਨ ਮਾਰਗਦਰਸ਼ਨ ਪ੍ਰਵਾਨ ਕਰਨ ਦੇ ਲਈ, ਠੀਕ ਹੈ, ਬੱਚਿਆਂ ਨੂੰ ਇੱਕ ਪ੍ਰੋਪਰ ਗਾਈਡੈਂਸ ਪ੍ਰੋਵਾਈਡ ਕਰਨ ਦੇ ਲਈ। ਯੂਜ ਸਿਗਨਲ ਕਲਿਊਸ ਟੂ ਰਿਕਾਲ ਪ੍ਰੀਵੀਅਸ ਨੌਲੇਜ, ਕਿ ਪੁਰਾਣੀ ਜਿਹੜੀ ਨੌਲੇਜ ਨੂੰ ਯਾਦ ਕਰਨ ਦੇ ਲਈ ਟੀਚਰ ਨੂੰ ਕਲਾਸ ਦੇ ਵਿੱਚ ਕਲਿਊ ਦਿੰਦੇ ਰਹਿਣਾ ਚਾਹੀਦਾ ਹੈ, ਕੋਈ ਸਿਗਨਲ ਯੂਜ ਕਰਨੇ ਚਾਹੀਦੇ ਆ, ਤਾਂ ਕਿ ਬੱਚੇ ਰਿਕਾਲ ਕਰਦੇ ਰਹਿਣ, ਉਹ ਆਪਣੀ ਪ੍ਰੀਵੀਅਸ ਨੌਲੇਜ ਨਾ ਭੁੱਲਣ, ਇਹ ਨਾ ਹੋਣ ਨਾ ਕਿ ਅੱਗੇ ਅੱਗੇ ਵੱਧਦੇ ਰਹਿਣ ਅਤੇ ਪਿੱਛੇ ਜਿਹੜਾ ਪੁਰਾਣਾ ਹੈਗਾ, ਜਿਹੜਾ ਸਿੱਖਿਆ ਹੋਇਆ ਸੀ, ਉਹ ਭੁੱਲਦੇ ਜਾਣ। ਕ੍ਰੀਏਟਿੰਗ ਰੈਡੀਨੈਸ ਟੂ ਲਰਨ, ਆਪਾਂ ਲਰਨਿੰਗ ਦੇ ਲੋਸ ਵੀ ਪੜ੍ਹੇ ਸੀ, ਪਹਿਲਾਂ ਲੋਅ ਹੀ ਲੋਅ ਆਫ ਰੈਡੀਨੈਸ ਹੈ, ਤਾਂ ਬੱਚਿਆਂ ਨੂੰ ਪਹਿਲਾਂ ਰੈਡੀ ਕਰਨਾ ਲਰਨ ਕਰਨ ਦੇ ਲਈ। ਮੇਕਿੰਗ ਲਰਨਿੰਗ ਮੀਨਿੰਗਫੁੱਲ ਟੂ ਹੈਲਪ ਲਰਨਰਸ ਪ੍ਰੋਸੈਸ, ਸਿੱਖਿਆਰਥੀਆਂ ਦੀ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਸਾਰਥਕ ਬਣਾਓ। ਬੱਚਿਆਂ ਨੂੰ ਮੀਨਿੰਗਫੁੱਲ ਲਰਨਿੰਗ ਸਿਖਾਓ, ਜੋ ਉਹਨਾਂ ਦੀ ਲਾਈਫ 'ਚ ਕੰਮ ਆਵੇ, ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਵੇ, ਠੀਕ ਹੈ। ਬਿਲਡ ਔਨ ਵਟ ਦਾ ਸਟੂਡੈਂਟਸ ਆਲਰੇਡੀ ਨੋ, ਕਿ ਉਹੀ ਪ੍ਰੀਵੀਅਸ ਨੌਲੇਜ ਜੋ ਉਹਨਾਂ ਨੂੰ ਆਲਰੇਡੀ ਪਤਾ ਹੈ, ਉਸ ਚੀਜ਼ ਦੇ ਉੱਤੇ ਮਹਿਲ ਬਣਾਉਣਾ ਸ਼ੁਰੂ ਕਰੋ। ਨੀ ਉਹ ਹੋਵੇ ਜਿਹੜੀ ਉਹਨਾਂ ਨੂੰ ਪਤਾ ਹੋਵੇ ਬੇਸਿਕਲੀ। ਟੂ ਪ੍ਰੈਜੈਂਟ ਹਿਮਸੈਲਫ ਐਜ਼ ਏ ਗੁੱਡ ਰੋਲ ਮਾਡਲ, ਅਤੇ ਖੁਦ ਆਪਣੇ ਆਪ ਨੂੰ ਇੱਕ ਵਧੀਆ ਰੋਲ ਮਾਡਲ ਉਹਨਾਂ ਅੱਗੇ ਪ੍ਰੈਜੈਂਟ ਕਰੋ। ਇਨ ਰਿਲੇਸ਼ਨ ਟੂ ਲਰਨਰ, TLP ਇਜ਼ ਅ ਲਰਨਰ ਸੈਂਟਰ। ਲਰਨਰ ਸੈਂਟਰ ਮੀਨਸ ਬੱਚੇ ਨੂੰ ਧਿਆਨ 'ਚ ਰੱਖ ਕੇ ਪੜ੍ਹਾਉਣਾ। ਲਰਨਰ ਇਜ਼ ਦਾ ਮਾਸਟਰ ਆਫ ਸ਼ੋ, ਬੱਚਾ ਹੀ ਉੱਥੇ ਟੀਚਰ ਸੀਗਾ, ਟੀਚਰ ਸੀ ਜਿਹੜਾ ਮੇਨ ਡੋਮੀਨੈਂਟ ਰੋਲ ਸੀਗਾ, ਇੱਥੇ ਲਰਨਰ ਹੈ ਕੋਗਨੀਟਿਜ਼ਮ ਦੇ ਵਿੱਚ। ਲਰਨਰ ਹੀ ਪ੍ਰੋਪਰ ਜਿਹੜਾ ਪੂਰੀ ਸ਼ੋ ਉਹਦਾ ਮਾਸਟਰ ਹੀਰੋ ਲਰਨਰ ਹੈ, ਤਾਂ ਲਰਨਰ ਨੂੰ ਧਿਆਨ 'ਚ ਰੱਖ ਕੇ ਹੀ ਸਾਰਾ ਕੁਝ ਹੋਣਾ ਚਾਹੀਦਾ। ਲਰਨਰ ਦੀ ਹੀ ਐਕਟਿਵ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ। ਲਰਨਰ ਹੈਜ਼ ਐਡੀਕੁਏਟ ਫਰੀਡਮ ਆਫ ਐਕਸਪ੍ਰੈਸ਼ਨ, ਐਡੀਕੁਏਟ ਫਰੀਡਮ ਆਫ ਐਕਸਪ੍ਰੈਸ਼ਨ ਮੀਨਸ ਕਿ ਉਹ ਕੀ ਫੀਲ ਕਰ ਰਿਹਾ ਗਾ, ਉਹ ਕੀ ਕਹਿ ਰਿਹਾ, ਉਹਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ, ਉਹਨੂੰ ਪ੍ਰੋਪਰ ਫਰੀਡਮ ਹੋਣੀ ਚਾਹੀਦੀ ਆਪਦੀਆਂ ਜੋ ਉਹ ਫੀਲ ਕਰ ਰਿਹਾ ਕਲਾਸ ਦੇ ਵਿੱਚ, ਉਹ ਮਤਲਬ ਬੋਲ ਸਕੇ, ਠੀਕ ਹੈ, ਕਿ ਮੈਨੂੰ ਇੱਦਾਂ ਇਹ ਗਲਤ ਲੱਗ ਰਿਹਾ, ਤੁਸੀਂ ਗਲਤ ਪੜ੍ਹਾ ਰਹੇ ਹੋ, ਜਾਂ ਮੈਮ ਇੱਦਾਂ ਵੀ ਹੋ ਸਕਦਾ, ਸਰ ਇੱਦਾਂ ਵੀ ਹੋ ਸਕਦਾ। ਬੱਚੇ ਨੂੰ ਇੰਨੀ ਫਰੀਡਮ ਹੋਣੀ ਚਾਹੀਦੀ ਹੈ ਕਲਾਸ ਦੇ ਵਿੱਚ। ਗਿਵਿੰਗ ਚਾਂਸ ਟੂ ਐਕਟਿਵਲੀ ਇੰਗੇਜ ਇਨ ਲਰਨਿੰਗ ਮੇਕਸ ਇਟ, ਬੱਚੇ ਨੂੰ ਮਤਲਬ ਉਹਨੂੰ ਚਾਂਸ ਦਿਓ ਤਾਂ ਕਿ ਉਹ ਇੰਗੇਜ ਕਰ ਸਕੇ ਕਲਾਸ ਦੇ ਵਿੱਚ, ਪ੍ਰੋਪਰਲੀ ਇੰਟਰੈਕਟ।